ਸਾਨਾ ਪਤਾ ਕਿ ਕੀ ਮੈਡਮ ਨੇ ਇੰਨੀ ਰੋ ਪੀ ਲੈਣੀ ਖੀਰ ਪਾਣੀ ਵਿੱਚੋਂ ਬਸ ਸਹੀ ਹੈ ਓਏ ਉਹ 15 20 ਜਣੇ ਆ ਆਹੋ ਫਿਰ ਕੀ ਕਹਿੰਦੀ ਹੈ ਬਾਲਟੀ ਟੇਡੀ ਤਾਂ ਖਾਊਗਾ ਬੜੇ ਜੁਣੇ ਲਿਆਉਣੇ ਸੀ ਜਾਇ ਨਹੀਂ ਆਇਆ ਤਾਂ ਮੈਂ ਲੈ ਕੇ ਆਉਣਾ ਨਾ ਆਲੂ ਨਾਲੇ ਬੰਦੇ ਦੋ ਤਿੰਨ ਬੰਦੇ ਦੋ ਹਾਂ ਚਾਲ ਲਿਆ ਕੀ ਬੰਦੇ ਆਲੂ ਪਾਉਣ ਲਈ ਲਿਆਉਣੇ ਤੂੰ ਤਾਂ ਭਾਈ ਕੜਾਇਆ ਕਰ ਲੈ ਜਾਣਾ ਆ ਰੋ ਲੈ ਜਾਣਾ ਲੈ ਲੈਣਾ ਫਿਰ ਮੈਂ ਰੋ ਲੈ ਜਾ ਡੋਲ ਲੈ ਕਿਸੇ ਨੇ ਕੋਈ ਸ਼ੈਬ ਬਣਾਈ ਹੁਣ ਤਾਂ ਪਤਾ ਲੱਗਾ ਕਿ ਇੱਦਾਂ ਕਮਾਲ ਬੜੀ ਹੈ ਹੈਂ ਇਹ ਵੀ ਖੋਜ ਹੀ ਆ ਇੱਕ ਹਿਸਾਬ ਦੀ ਵੀ ਖੋਜ ਹੀ ਆ ਅਖੰਡ ਖੁੰਡ ਤੇ ਕੱਲ ਵਾਲੀਆਂ ਗੱਲਾਂ ਹਜੇ ਕਿਉਂ ਜਿਮੀ ਪਿੰਕੀ ਵੀ ਕਿਸੇ ਨੇ ਸੋਚ ਕੇ ਬਣਾਈ ਹੈ ਪਿੰਕੀ ਕਿਸੇ ਖੋਜ ਨੂੰ ਕੰਮ ਨਹੀਂ ਉਹਦੀ ਖੋਜ ਜਿਹੜੀ ਉਹ ਤਾਂ ਇੰਡਸਟਰੀ ਹੋਣੀ ਪੂਰੀ ਹੈ ਨਾ ਸੁਫਿਆਨ ਤੂੰ ਪਿਆ ਜਰਾ ਸੀ ਮੁੰਡਿਆ ਜਰਾ ਸੀ ਉਹਨੂੰ ਸੁਫਿਆਨ ਆਵਾਜ਼ ਮਾਰੀ ਉਹਨੂੰ ਉਹਨੇ ਚੁੱਪਾ ਗਿਆ ਉਹਨੇ ਕਿਹਾ ਚੁੱਪਿਆ ਗੱਲ ਸੁਣ ਐਨ ਕੰਨ ਚੁੱਕ ਲੈ ਲਾ ਲਈ ਠੀਕ ਹੋ ਜਰਾਸੀਮ ਉਰੇ ਦਾ ਬੁੜਿਆਂ ਨੂੰ ਕਹਿ ਕੇ ਮੁੜ ਗਿਆ ਸੀ ਕਿੱਦਾਂ ਨੀ ਜਾਣਾ ਡਾਕਟਰਾਂ ਕਹਾ ਕੇ ਉਹ ਅਜ਼ਰ ਨੂੰ ਕਿਹਾ ਸੀ ਉਦਨ ਸਕਲਾਈ ਦਾ ਦਿੱਤੀ ਨਹੀਂ ਉਹਨੇ ਅਜ਼ਰ ਨੂੰ ਕਿਹਾ ਤੇ ਸੀਗਾ ਆਪਣੇ ਹੈ ਨੀ ਇੱਧਰ ਕੁਛ ਬਣਦੀ ਨਾਲੇ ਇਹ ਵੀ ਕਹਿੰਦਾ ਆਪਣੇ ਕੋਠੇ ਬਣਾ ਕੇ ਫੇਰ ਵਿਆਹ ਕਰਾਉਣਾ ਆਪਣੇ ਮਾਸ਼ਾਅੱਲਾ ਜਿਮੀ ਦੋ ਤੇ ਦੋ ਚਾਰ ਹਾਂ ਮੈਂ ਕਿਹਾ ਦੱਸ ਦੇਵਾਂ ਕਿਤੇ ਗੇੜਾ ਨਾ ਪਵੇ ਉਹਦਾ ਅੱਛਾ ਨਾਲ ਹੀ ਰੱਖ ਦੇ ਮੈਂ ਬਹਿ ਜਾਂਦੀ ਪੈਸੀ
ਕੀ ਹੋਰ ਖਲੋਤੀ ਰਵੇ ਨਾਲ ਹੀ ਰੱਖਦੇ ਤੇ ਬਹਿ ਜਾਂਦੀ ਪੈਸੀ ਇਧਰ ਆਵੇ ਠੀਕ ਠੀਕ ਹੈ।